ਲੈਬ ਹੋ ਕੇ ਆਫਸਰਾਂ ਦੀ ਨਲਾਇਕੀ ਕਰਕੇ ਸਾਰਾ ਹਮ ਹੋਇਆ। ਬੀਜੇਪੀ ਸਰਕਾਰ ਦਾ ਵਿਰੋਧ ਕਰਦੇ ਹਾਂ, ਅੱਜ ਕਿਹਾ ਜੀ ਇੱਥੇ ਦੀ ਪੁਲਿਸ ਨੂੰ ਵੀ ਇਹਨੂੰ ਇੱਥੇ ਨਾ ਲਿਆਂਦਾ ਜਾਵੇ। ਮੋਦੀ ਸਾਹਿਬ, ਆਪਾਂ ਕਿਸਾਨਾਂ ਦੀ ਹੱਕ ਦੇ ਵਿੱਚ ਹੈ, ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਇਹਨਾਂ ਨੂੰ ਵੀ ਪਤਾ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਦਦ ਕੀਤੀ ਹੈ, ਅੱਗੇ ਵੀ ਕਰਾਂਗੇ, ਅੱਜ ਵੀ ਕਰ ਰਹੇ। ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਧ ਟੱਪਾਂਗੇ। ਚੈਲੰਜ ਕੀਤਾ, ਚੈਲੰਜ ਖਾਣੇ ਨੇ ਸਾਨੂੰ ਅੱਜ। ਜਿੱਥੇ ਇੱਕ ਪਾਸੇ ਲੋਕ ਸਭਾ ਅਖਾੜਾ ਭਖਿਆ ਪਿਆ ਤੇ ਹਰ ਇੱਕ ਪਾਰਟੀ ਦੇ ਉਮੀਦਵਾਰਾਂ ਦੇ ਵੱਲੋਂ ਨਾਮਜ਼ਦਗੀ ਪੱਤਰ ਭਰੇ ਜਾ ਰਹੇ ਨੇ, ਤਾਂ ਉੱਥੇ ਹੀ ਸੰਗਰੂਰ ਦੇ ਵਿੱਚ ਭਾਜਪਾ ਉਮੀਦਵਾਰ ਅਰਵਿੰਦ ਖੰਨਾ ਦੇ ਖਿਲਾਫ ਕਿਸਾਨਾਂ ਦੇ ਵੱਲੋਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਪੁਲਿਸ ਦੇ ਨਾਲ ਵੀ ਇਸ ਮੌਕੇ ਧੱਕਾ ਮੁੱਕੀ ਕੀਤੀ ਜਾ ਰਹੀ ਹੈ। ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਨਜ਼ਰ ਆ ਰਿਹਾ ਕਿ ਕਿਸ ਤਰ੍ਹਾਂ ਇਸ ਪਿੰਡ ਦੀ ਪੁਲਿਸ ਛਾਉਣੀ ਦੇ ਵਿੱਚ ਤਬਦੀਲ ਹੋ ਗਈ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਅਰਵਿੰਦ ਖੰਨਾ ਨੂੰ ਕਿਸਾਨਾਂ ਦੀ ਭੀੜ ਦੇ ਵਿੱਚੋਂ ਬਾਹਰ ਕੱਢਿਆ। ਦੱਸ ਦਈਏ ਕਿ ਅਰਵਿੰਦ ਖੰਨਾ ਭਾਜਪਾ ਵੱਲੋਂ ਉਮੀਦਵਾਰ ਬਣਾਏ ਜਾਣ ਤੋਂ ਬਾਅਦ ਅੱਜ ਪਹਿਲੀ ਵਾਰ ਚੋਣ ਪ੍ਰਚਾਰ ਦੇ ਲਈ ਸੰਗਰੂਰ ਲੋਕ ਸਭਾ ਹਲਕੇ ਦੇ ਪਿੰਡ ਬੰਗਾ ਵਿਖੇ ਗਏ, ਜਿੱਥੇ ਸੈਂਕੜੇ ਕਿਸਾਨ ਕਾਲੀਆਂ ਝੰਡੀਆਂ ਲੈ ਕੇ ਪਿੰਡ ਦੇ ਵਿੱਚ ਪਹੁੰਚ ਗਏ। ਉੱਥੇ ਹੀ ਇਸ ਦੌਰਾਨ ਪਿੰਡ ਦੇ ਵਿੱਚ 300 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਨੇ। ਜ਼ਿਕਰਯੋਗ ਹੈ ਕਿ ਬੀਤੇ ਦਿਨ ਸੰਗਰੂਰ ਦੇ ਵਿੱਚ ਅਰਵਿੰਦ ਖੰਨਾ ਨੇ ਵੱਡਾ ਬਿਆਨ ਦਿੱਤਾ ਸੀ ਕਿ ਭਗਵੰਤ ਮਾਨ ਦੇ ਕਹਿਣ ਦੇ ਉੱਤੇ ਕੁਝ ਕਿਸਾਨ ਜਥੇਬੰਦੀਆਂ ਭਾਜਪਾ ਦਾ ਵਿਰੋਧ ਕਰ ਰਹੀਆਂ ਨੇ, ਪਰ ਕਿਸਾਨ ਉਹਨਾਂ ਦੇ ਨਾਲ ਨੇ। ਬੀਜੇਪੀ ਸਰਕਾਰ ਦਾ ਵਿਰੋਧ ਕਰਦੇ ਹਾਂ, ਅੱਜ ਕਿਹਾ ਜੀ ਇੱਥੇ ਦੀ ਪੁਲਿਸ ਨੂੰ ਵੀ ਇਹਨੂੰ ਇੱਥੇ ਨਾ ਲਿਆਂਦਾ ਜਾਵੇ। ਆਹ ਨਰਸਾਂ ਦੀ ਨਲੇਕੀ ਕਰਕੇ ਹੈ ਸਾਰਾ ਹੰਗਾਮਾ ਹੋਇਆ। ਅਸੀਂ ਹੁਣ ਵੀ ਕਹਿੰਦੇ ਹਾਂ ਵੀ ਇਹ ਜਿਹੜਾ ਬੰਦ ਕੀਤਾ ਜਾਵੇ, ਜੇ ਸਪੀਕਰ ਨਾ ਬੰਦ ਕੀਤਾ ਅਸੀਂ ਕੰਧ ਟੱਪਾਂਗੇ। ਇਹ ਚੈਲੰਜ ਕੀਤਾ, ਚੈਲੰਜ ਖਾਣੇ ਨੇ ਸਾਨੂੰ ਅੱਜ। ਇਸ ਕਰਕੇ ਇਹ ਖਾਣੇ ਦਾ ਚੈਲੰਜ ਅਸੀਂ ਕਬੂਲ ਕੀਤਾ। ਕੱਲ ਸਾਨੂੰ ਗਾਲਾਂ ਕੱਢੀਆਂ ਨੇ ਖਾਣੇ ਨੇ ਗਾਲਾਂ, ਲੈਬ ਹੋ ਕੇ ਅਫਸਰਾਂ ਦੀ ਨਲਾਇਕੀ ਕਰਕੇ ਸਾਰਾ ਹਮ ਹੋਇਆ। ਇਸ ਕਰਕੇ ਜੇ ਇਹ ਸਪੀਕਰ ਨਾ ਬੰਦ ਹੋਇਆ ਤਾਂ ਅਸੀਂ ਕੰਧ ਟੱਪ ਕੇ ਅੱਗੇ ਵਧਾਂਗੇ। ਇਹਦੀ ਜ਼ਿੰਮੇਵਾਰੀ ਪੁਲਿਸ ਉੱਥੇ ਪ੍ਰਸ਼ਾਸਨ ਆਊਗਾ। ਇਸ ਕਰਕੇ ਅਸੀਂ ਇਹਦਾ ਵਿਰੋਧ ਕਰ ਦਿਆਂਗੇ। ਬਹੁਤ ਸੋਹਣਾ ਪ੍ਰੋਗਰਾਮ, ਲੋਕ ਸਾਡੀ ਗੱਲ ਸੁਣਨਾ ਚਾਹੁੰਦੇ ਹੋ, ਬੰਦਾ ਹਰ ਬਹੁਤ ਵੱਡੇ ਹੱਲਾਸ਼ਾਰੀ ਨਾਲ ਲੋਕ ਆਏ ਆ ਔਰ ਆਪਣੀ ਗੱਲ ਰੱਖਣ ਆਏ ਆ। ਆਪਾਂ ਗੱਲ ਰੱਖ ਲਈ ਹੈ, ਇਹ ਆਪਣੀ ਗੱਲ ਰੱਖਣਗੇ, ਆਪਾਂ ਆਪਣੀ ਗੱਲ ਰੱਖਾਂਗੇ। ਸਰ, ਇਹਨਾਂ ਦਾ ਕਹਿਣਾ ਹੈਗਾ ਕਿ ਕੱਲ ਜਿਹੜਾ ਤੁਸੀਂ ਬਿਆਨ ਦਿੱਤਾ ਸੀ ਜਾਂ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਦੇ ਵਿੱਚ ਕਿਸਾਨ ਨਹੀਂ ਹੈਗੇ, ਉਸ ਨੂੰ ਲੈ ਕੇ ਜਿਹੜਾ ਵਿਰੋਧ ਕਰਨਾ ਪਹੁੰਚੇ ਨੇ, ਇਹ ਮੈਂ ਗੱਲ ਨਹੀਂ ਕਹੀ ਸੀ। ਮੈਂ ਕਿਹਾ ਕਿਸਾਨਾਂ ਦੇ ਨਾਲ ਭਾਰਤੀ ਜਨਤਾ ਪਾਰਟੀ ਜੁੜੀ ਵੀ ਹੈ ਔਰ ਭਾਰਤੀ ਜਨਤਾ ਪਾਰਟੀ ਦੇ ਅਰਵਿੰਦ ਖੰਨਾ ਤੇ ਮੇਰੇ ਜੋ ਮੁਖੀ ਹੈ ਮੋਦੀ ਸਾਹਿਬ, ਆਪਾਂ ਕਿਸਾਨਾਂ ਦੀ ਹੱਕ ਦੇ ਵਿੱਚ ਹੈ, ਕਿਸਾਨਾਂ ਦੀ ਮਦਦ ਕਰਨਾ ਚਾਹੁੰਦੇ ਹਾਂ। ਇਹਨਾਂ ਨੂੰ ਵੀ ਪਤਾ ਹੈ ਕਿ ਉਮੀਦ ਸੰਸਥਾ ਨੇ ਹਰੇਕ ਜਥੇਬੰਦੀ ਦੀ ਮਦਦ ਕੀਤੀ ਹੈ, ਅੱਗੇ ਵੀ ਕਰਾਂਗੇ, ਅੱਜ ਵੀ ਕਰ ਰਹੇ। ਮੈਂ ਉਹ ਗੱਲ ਨਹੀਂ ਕਹੀ ਸੀ, ਮੈਂ ਕਿਹਾ ਸੀ ਕਿ ਕਿਸਾਨਾਂ ਨੂੰ ਆਪਣਾ ਹੱਕ ਰੱਖਣ ਦਾ ਮੌਕਾ ਮਿਲਣਾ, ਮੈਂ ਆਪਣੀ ਹੱਕ ਰੱਖ ਮੈਂ ਹੈ ਨਾਲ ਹਮੇਸ਼ਾ ਰਿਹਾ। ਸੰਗਰੂਰ ਤੋਂ ਕੀਰਤੀ ਰਾਜਪੂਤ ਦੀ ਰਿਪੋਰਟ, ਔਨ ਏਅਰ।